ਕਲਾਕਾਰ ਵੀ ਮੌਜੂਦ ਨੇ ਜੋ ਸਾਰੇ ਮੀਡੀਆ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਕਿਸਾਨ ਜਥੇਬੰਦੀਆਂ ਦਾ ਜਿਨ੍ਹਾਂ ਨੇ ਬੜੇ ਸੱਜੇ ਢੰਗ ਨਾਲ ਮੋਰਚੇ ਦੀ ਕਮਾਂਡ ਸੰਭਾਲੀ ਹੋਈ, ਬਹੁਤ ਵਧੀਆ ਅਤੇ ਹਰ ਚੀਜ਼ ਦਾ ਪ੍ਰਬੰਧ ਕੀਤਾ ਹੋਇਆ ਅਤੇ ਇਸ ਦੇ ਨਾਲ ਹੀ ਮੈਂ ਤੁਹਾਡਾ ਸਾਰਾ ਧੰਨਵਾਦ ਕਰਦੀ ਹਾਂ ਜਿੰਨੇ ਕਿਸਾਨ ਭੈਣਾਂ ਕਿਸਾਨ ਮੀਡੀਆ ਦੇ ਮੋਰਚੇ ਹੈ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਵੀ ਆਪਣੇ ਕਿਸਾਨੀ ਮੋਰਚੇ ਦੀ ਲਹਿਰ ਨੂੰ ਵੇਖ ਰਹੇ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅਤੇ ਬਹੁਤ ਜ਼ਿਆਦਾ ਦੁੱਖ ਹੋਇਆ ਜਿਹੜੇ ਆਪਣੇ ਨੌਜਵਾਨ ਸਾਡੇ ਸ਼ੁਭ ਕਰਨ ਜੀ ਇਸ ਮੋਰਚੇ ਸ਼ਹੀਦੀ ਪਾ ਕੇ ਗਏ ਹੈ, ਸੋ ਉਹਦਾ ਵੀ ਬਹੁਤ ਜ਼ਿਆਦਾ ਦੁੱਖ ਲੱਗਾ, ਵਾਹਿਗੁਰੂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਸੋ ਮੈਂ ਦੋ ਲੈਣਾ ਤੁਹਾਡੇ ਨਾਲ ਸਾਂਝੀਆਂ ਕਰਦੀ ਹਾਂ, ਅਸੀਂ ਡਰਦੇ ਨਹੀਂ ਮੋਦੀਆਂ ਮੋਦੀਆਂ ਤੋਂ ਭਾਵੇਂ ਉਹ ਚੱਲ ਕੇ ਦਿੱਲੀ ਤੋਂ ਆਪ ਆ ਜਾਏ, ਅਸੀਂ ਡਰਦੇ ਨਹੀਂ ਮੋਦੀਆਂ ਤੋਂ ਭਾਵੇਂ ਉਹ ਚੱਲ ਕੇ ਦਿੱਲੀ ਤੋਂ ਆਪ ਆ ਜਾਏ, ਨਾ ਹੀ ਡਰਦੇ ਹਾਂ ਬਾਦਲਾ ਕੈਪਟਨਾਂ ਤੋਂ, ਨਾ ਹੀ ਡਰਦੇ ਹਾਂ ਸਮੇਂ ਦੀਆਂ ਸਰਕਾਰਾਂ ਤੋਂ, ਭਾਵੇਂ ਉਹਨਾਂ ਦੇ ਬਾਪ ਦਾ ਬਾਪ ਆ ਜਾਏ, ਭਾਵੇਂ ਉਹਨਾਂ ਦੇ ਬਾਪ ਦੇ ਬਾਪ ਦਾ ਬਾਪ ਆ ਜਾਏ, ਕਿਉਂਕਿ ਮੁੱਢ ਤੋਂ ਹੀ ਆਪਾਂ ਸਿੱਖ ਇਤਿਹਾਸ ਵੀ ਪੜ੍ਹਿਆ ਹੋਇਆ, ਸੋ ਮੁੱਢ ਤੋਂ ਆਪਾਂ ਜਾਣਦੇ ਵੀ ਹਰ ਵਾਰੇ ਸਰਕਾਰਾਂ ਜਿਹੜੀਆਂ ਆਪਣੇ 'ਤੇ ਤਸੀਹਤ ਸਾਧਤ ਕਰਦੀਆਂ ਆਈਆਂ ਅਤੇ ਆਪਾਂ ਸਮੇਂ ਮੋਰਚੇ ਲਾ ਕੇ ਜਿਹੜਾ ਆਪਣਾ ਪੱਖ ਜੋ ਵੀ ਆਪਾਂ ਆਪਣੇ ਲੜਾਈਆਂ ਲੜਦੇ ਹਾਂ ਅਤੇ ਸ਼ਹੀਦੀਆਂ ਵੀ ਭਾਈ ਜੀ ਪੱਕੀ ਮਕਾਨ ਬਣਾਉਣ ਲੱਗ ਗਏ ਇੱਥੇ, ਉਮੀਦ ਹੈ ਨੀ ਕਿ ਸਰਕਾਰ ਮੰਨੂ? ਨਹੀਂ ਭਾਈ ਜੀ, ਪਤਾ ਕੀ ਚੱਕਰ ਹੈ, ਮੈਂ ਕਿਹਾ ਦਿੱਲੀ 'ਚ ਪਹਿਲਾਂ ਆਪਾਂ ਬੈਠੇ ਰਹੇ 1.5 ਸਾਲ, ਉਦੋਂ ਵੀ ਆਏ ਸੀ ਵੀ ਚਲੋ 1-2 ਦਿਨ ਦਾ ਕੰਮ, ਪਰ ਹੁਣ ਅੱਗੇ ਫਿਰ ਬਾਰਿਸ਼ ਦਾ ਟਾਈਮ ਆ ਰਿਹਾ। ਹਾਂਜੀ ਹਾਂਜੀ, ਇਹ ਸੀਜ਼ਨ ਵੀ ਤੁਹਾਨੂੰ ਪਤਾ। ਹਾਂਜੀ, ਟਰਾਲੀਆਂ ਤਾਂ ਵਾਪਸ ਲੈ ਕੇ ਜਾਣੀਆਂ ਨੇ। ਹਾਂਜੀ ਹਾਂਜੀ, ਹੁਣ ਪੱਕੇ ਟੈਂਟ ਲਾਵਾਂਗੇ, ਪੱਕੇ ਮੋਰਚੇ ਲਾਤੇ ਭਾਜੀ, ਪੱਕੇ ਲਾਵਾਂਗੇ। ਤਾਂ ਮੋਦੀ ਨੂੰ ਕਹਿ ਦੇ ਵੀ ਜਦੋਂ ਜਦ ਸਾਡੇ ਕਰਦਾ ਨਾ ਫਸਲੇ ਹੱਲ, ਵੀ ਜਦੋਂ ਤੱਕ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਕਰਦਾ ਤੁਹਾਡੇ ਪੱਕੇ ਘਰ ਲਾ ਲਈ ਜੀ, ਜਿਹੜਾ ਬੰਦਾ ਲੈਂਦੇ ਨੇ ਸਾਰੇ ਇੱਥੇ ਉਹ ਲੈ ਜਾਈਏ। ਠੀਕ ਹੈ, ਕਿੱਥੋਂ ਆਏ ਵੀਰ ਜੀ ਤੁਸੀਂ? ਠੀਕ ਹੈ ਵੀਰ, ਠੀਕ ਹੈ, ਗਰਮੀਆਂ ਦਾ ਸਿਸਟਮ ਵੀ ਇੱਥੇ ਕੱਢਣਾ ਹੈ, ਠੀਕ ਹੈ ਵੀਰ ਜੀ, ਠੀਕ ਹੈ, ਬੰਦੋਬਸਤ ਕੀਤਾ ਹੋਇਆ, ਕੋਈ ਸਾਡੇ ਕੋਲ ਭੈਣ ਭਰਾ ਕੋਈ ਦੁਖੀ ਹੁੰਦਾ ਜਾਂ ਬਾਹਰੋਂ ਆਉਂਦਾ ਜਾਂਦਾ ਹੈਗਾ, ਉਹਨੂੰ ਕੋਈ ਦਿੱਕਤ ਨਾ ਆਵੇ, ਪਰੇਸ਼ਾਨੀ ਨਾ ਆਵੇ, ਅਸੀਂ ਇਸ ਤਰੀਕੇ ਨਾਲ ਇਹ ਪੱਕਾ ਕਰਦੇ ਜਦੋਂ ਬਾਰਿਸ਼ਾਂ ਹੁੰਦੀਆਂ ਨੇ, ਮੀਂਹ ਕਣੀ ਪੈਂਦੀ ਉਦੋਂ ਬਹੁਤ ਔਖਾ ਹੁੰਦਾ ਹੈ, ਠੀਕ ਹੈ ਠੀਕ ਹੈ ਠੀਕ ਹੈ ਜੀ, ਪਤੜਾਂ ਦੇ ਨੇੜੇ ਪੈਂਦਾ ਹੋਤੇਪੁਰ ਇੱਥੋਂ ਨੇ ਭਲੇ ਹੀ ਉਹ ਸਾਡੇ ਬੱਚਿਆਂ ਨੂੰ ਨੌਕਰੀਆਂ ਦੇ ਰਹੇ ਨੇ, ਅਸੀਂ ਇਸ ਚੀਜ਼ ਨਾਲ ਖੁਸ਼ੀ ਵੀ ਜ਼ਾਹਰ ਕਰ ਰਹੇ ਹਾਂ, ਪਰ ਉਹਦੇ ਨਾਲ ਨਾਲ ਅਸੀਂ ਕਹਿੰਦੇ ਸਾਡੇ ਵੀ ਜਿਹੜੇ ਕਿਸਾਨ ਇੰਨੇ ਆ ਕੇ ਧਰਨਿਆਂ 'ਤੇ ਬੈਠੇ ਨੇ ਸਾਡੇ ਬਜ਼ੁਰਗ, ਇਹ ਬਜ਼ੁਰਗਾਂ ਦਾ ਰੁਲਣ ਦਾ ਟਾਈਮ ਨਹੀਂ ਹੈਗਾ, ਅੱਗੇ ਵੀ ਇਹਨਾਂ ਨੇ ਸਾਨੂੰ 2 ਸਾਲ ਰੁਲਾਇਆ, ਅਸੀਂ 2 ਸਾਲ ਰੁਲੇ ਵਾਹਣਾਂ ਦੇ ਵਿੱਚ, ਖੇਤਾਂ ਦੇ ਵਿੱਚ ਰੁਲੇ, ਬੁਰਾ ਹਾਲ ਹੋਇਆ ਬੱਚਿਆਂ ਦਾ, ਉਦੋਂ ਵੀ ਸਾਡੇ ਸੱਸ ਦੁੱਧ ਉੱਪਰ ਦੀਆਂ ਸ਼ਹੀਦੀਆਂ ਪਈਆਂ। ਮਾਤਾ ਦੇਖੋ ਤੁਸੀਂ, ਹੁਣ ਹਜੇ ਤੱਕ ਸਰਕਾਰਾਂ ਨੇ ਆਪਣੀਆਂ ਮੰਗਾਂ ਮੰਨੀਆਂ ਨਹੀਂ ਹੈਗੀਆਂ, ਹਾਂਜੀ, ਅੱਗੇ ਸੋਚਿਆ ਵੀ ਤੁਸੀਂ ਫਿਰ ਅੱਗੇ ਕੀ ਕਰਨਾ ਹੈ ਹੁਣ? ਅੱਗੇ ਜਿਵੇਂ ਸਾਡੀ ਸਿੱਧੂ ਪਰ ਜਥੇਬੰਦੀ ਵੱਲੋਂ ਸਾਨੂੰ ਡੱਲੇਵਾਲ ਸਾਹਿਬ ਵੱਲੋਂ ਜੋ ਵੀ ਸਾਨੂੰ ਹੁਕਮ ਹੋਏਗਾ ਅਸੀਂ ਉਹਦੇ ਅਕੋਰਡਿੰਗ ਚੱਲਾਂਗੇ, ਅਸੀਂ ਆਪਣੀ ਜਥੇਬੰਦੀ ਦੇ ਹੁਕਮਾਂ ਦੇ ਬਗੈਰ ਬਿਲਕੁਲ ਕੁਛ ਵੀ ਨਹੀਂ ਕਰਦੇ ਅਤੇ ਨਾ ਹੀ ਅਸੀਂ ਕਦੇ ਕੁਛ ਕਰਾਂਗੇ, ਜਿਵੇਂ ਸਾਨੂੰ ਡੱਲੇਵਾਲ ਸਾਹਿਬ ਦਾ ਹੁਕਮ ਹੋਏਗਾ ਅਸੀਂ ਉਹਦੇ ਅਕੋਰਡਿੰਗ ਹੀ ਚੱਲਾਂਗੇ। ਕਿੰਨੀ ਦੂਰੋਂ ਆਏ ਹੋ ਤੁਸੀਂ, ਕਿਹੜਾ ਪਿੰਡ ਹੈ ਆਪਣਾ? ਅਸੀਂ ਫਾਜ਼ਿਲਕਾ ਤੋਂ ਆਏ ਹਾਂ, ਫਾਜ਼ਿਲਕਾ ਤੋਂ 25 ਕਿਲੋਮੀਟਰ ਦੂਰ ਸਾਡਾ ਪਿੰਡ ਹੈ, ਫਾਜ਼ਿਲਕਾ ਤਾਂ ਬਾਰਡਰ ਤੇ ਲੱਗ ਗਿਆ ਜੀ, ਹਾਂਜੀ ਉੱਥੋਂ ਹੀ ਆਏ ਹਾਂ ਜੀ, ਅਸੀਂ ਦੂਰੋਂ ਆਏ ਹਾਂ ਸਵੇਰੇ ਸੀ, ਪੰਜਾਬ ਲੰਘ ਕੇ ਇੱਥੇ ਆ, ਅਸੀਂ 5 ਵਜੇ ਦੇ ਚੱਲੇ ਹੋਏ ਆ, ਦੇਖੋ ਅਸੀਂ 12 ਵਜੇ ਇੱਥੇ ਪਹੁੰਚੇ ਆ, ਜੇ ਸਾਡੇ ਮਨ ਵਿੱਚ ਇਹਨਾਂ ਦਾ ਤਰਸ ਸੀ ਸਾਡੇ ਕਿਸਾਨ ਵੀਰਾਂ ਦੇ ਨਾਲ, ਅਸੀਂ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਉੱਥੋਂ ਆਈਆਂ, ਦੇਖੋ ਸਾਡੀ ਅਮਰਪਾਲ ਪੈਂਦੀ ਜਲਾਲਾਬਾਦ ਤੋਂ ਆਏ ਹੈ,
ਇਹ ਸਾਡੀਆਂ ਭੈਣਾਂ ਗੱਦਾ ਡੋਬ ਤੋਂ ਆਈਆਂ ਨੇ, ਕਿੰਨੀ ਦੂਰੋਂ ਅਸੀਂ ਆਏ ਹਾਂ, ਅਸੀਂ ਕਿਸ ਵਾਸਤੇ, ਅਸੀਂ ਅੱਜ ਬੱਚਿਆਂ ਦੇ ਭਵਿੱਖ ਵਾਸਤੇ ਆਏ ਹਾਂ, ਅਸੀਂ ਇਹਨਾਂ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ, ਅਸੀਂ ਅੱਜ ਮਹਿਲਾ ਦਿਵਸ ਨਹੀਂ ਮਨਾਉਣ ਆਈ ਹਾਂ, ਅਸੀਂ ਕੋਈ ਸ਼ੌਂਕਾਂ ਨੂੰ ਨਹੀਂ ਇੱਥੇ ਆਏ ਹਾਂ, ਸਾਨੂੰ ਮਜਬੂਰਨ ਕਿਸਾਨ ਵੀਰਾਂ ਨੂੰ ਸਰਕਾਰਾਂ ਨੇ ਇੱਥੇ ਬੁਲਾਇਆ, ਮਹਿਲਾ ਦਿਵਸ ਤਾਂ ਮਨਾ ਰਿਹਾ ਪਰ ਅਸੀਂ ਦੁਖੀ ਹਾਂ। ਕਿਸਾਨ ਵੀਰਾਂ ਨੇ ਏਸੀ ਦਾ ਪ੍ਰਬੰਧ ਵੀ ਟਰੈਕਟਰ ਟਰਾਲੀਆਂ ਦੇ ਵਿੱਚ ਕਰ ਲਿਆ ਹੈ, ਤੁਹਾਨੂੰ ਦਿਖਾਉਂਦੇ ਹਾਂ, ਦੇਖੋ ਦੇਖੋ ਟਰੈਲੀ ਹੈ ਜ਼ਿਲ੍ਹਾ ਮਾਨਸਾ ਔਰਤੇ ਖਨੌਰੀ ਦੇ ਵਿੱਚ ਤੁਹਾਨੂੰ ਅਸੀਂ ਅੰਦਰੋਂ ਸਾਰਾ ਦਿਖਾਵਾਂਗੇ ਕਿ ਇਹਨਾਂ ਨੇ ਗਰਮੀ ਦਾ ਪੂਰਾ ਜੋ ਪ੍ਰਬੰਧ ਹੈ, ਏਸੀ ਰੂਮ ਆਪਣਾ ਪੂਰਾ ਕਿਸਾਨ ਭਰਾਵਾਂ ਨੇ ਤਿਆਰ ਕੀਤਾ ਹੋਇਆ ਤੁਹਾਨੂੰ ਦਿਖਾਉਂਦੇ ਹਾਂ। ਮਹਿੰਦਰ ਕੌਰ ਮਹਿਲਾ ਪ੍ਰਧਾਨ। ਠੀਕ ਹੈ ਜੀ, ਕਿਹੜੀ ਜਥੇਬੰਦੀ ਤੋਂ? ਸਿੱਧੂਪੁਰ ਜਥੇਬੰਦੀ ਚੋਂ। ਸਿੱਧੂਪੁਰ ਜਥੇਬੰਦੀ, ਕੀ ਤੁਸੀਂ ਅੱਜ ਇੱਥੇ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ, ਤੁਸੀਂ ਕੀ ਕਹਿਣਾ ਚਾਹੋਗੇ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਤੁਸੀਂ ਇੱਥੇ ਆਏ ਹੋ? ਸਰਕਾਰਾਂ ਤੋਂ ਤੁਸੀਂ ਕੀ ਮੰਗਾਂ ਕਰਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅਸੀਂ ਕੀ ਮੰਗਾਂ ਕਰਦੇ ਹਾਂ? ਸਰਕਾਰਾਂ ਸਾਡੀਆਂ ਮੰਗਾਂ ਮੰਨ ਕਿੱਥੇ ਰਹੀ ਹੈ? ਜੇ ਸਰਕਾਰਾਂ ਸਾਡੀਆਂ ਮੰਗਾਂ ਮੰਨ ਜਾਂਦੇ, ਇੰਨਾ ਥੋੜ੍ਹਾ ਇਕੱਠ ਹੋਣਾ ਸੀ ਇੱਥੇ। ਦੇਖੋ ਅੱਜ ਕਿੰਨੇ ਦਿਨ ਬਕੇਰਾ ਫਰਵੀ ਤੋਂ ਸਾਡੇ ਵੀਰ, ਸਾਡੇ ਬਜ਼ੁਰਗ, ਸਾਡੇ ਬੱਚੇ, ਸਾਡੀਆਂ ਭੈਣਾਂ ਦੇਖੋ ਕਿਵੇਂ ਮਿੱਟੀ ਦੇ ਵਿੱਚ ਰੁੜ ਰਹੇ ਨੇ ਇੱਥੇ। ਸਾਡੇ ਨੌਜਵਾਨ ਵੀਰ ਇਹਨਾਂ ਨੇ ਸ਼ਹੀਦ ਕਰ ਦਿੱਤੇ, ਸ਼ੁਭ ਕਰਨ ਵੀਰ ਜਿਹਨੂੰ ਦੇਖ ਕੇ ਅੱਜ ਇੰਨਾ ਹੀ ਕੱਲੇ ਨੂੰ ਦੁੱਖ ਮਨ ਨੂੰ ਲੱਗ ਰਿਹਾ ਕਿ ਉਹ ਇੱਕ ਦੋ ਭੈਣਾਂ ਦਾ ਭਰਾ ਸੀ, ਇਹ ਸਰਕਾਰ ਦੀ ਗੰਦੀਆਂ ਹਰਕਤਾਂ ਕਰਕੇ ਇਹਨਾਂ ਨੇ ਸਾਡਾ ਸੁਖਵੀਰ ਇਹਨਾਂ ਨੇ ਸ਼ਹੀਦ ਕਰ ਦਿੱਤਾ। ਦੂਸਰੀ ਗੱਲ, ਸਾਡੇ ਕਿਸਾਨ ਇਹਨਾਂ ਕੋਲ ਕੀ ਮੰਗ ਰਹੇ ਨੇ? ਸਾਡੇ ਕਿਸਾਨ ਕੋਲ ਅੱਗੇ ਹੱਕ ਹੀ ਮੰਗ ਰਹੇ ਨੇ, ਅਸੀਂ ਹੋਰ ਤਾਂ ਕੁਛ ਮੰਗ ਹੀ ਨਹੀਂ ਰਹੇ। ਅੱਗੇ ਵੀ ਅਸੀਂ 2 ਸਾਲ ਇੱਥੇ ਬੈਠ ਕੇ ਗਏ, ਸਰਕਾਰਾਂ ਤੋਂ ਆਪਣੀ ਹੱਕ ਮੰਗਣੀ ਆਏ ਸੀ, ਉਦੋਂ ਅਸੀਂ 750 ਤੋਂ ਉੱਪਰ ਅਸੀਂ ਆਪਣੀਆਂ ਚੀਜ਼ੀਆਂ ਪਾ ਕੇ ਇੱਥੇ ਗਏ ਹਾਂ, ਉਹਨੂੰ 2 ਸਾਲਾਂ ਬਾਅਦ ਫਿਰ ਅਸੀਂ ਇੱਥੇ ਆਏ, ਅਸੀਂ ਆਪਣੇ ਹੱਕ ਮੰਗਣ ਵਾਸਤੇ ਇੱਥੇ ਆਏ ਹਾਂ। ਅਸੀਂ ਕਿਸੇ ਸਰਕਾਰ ਨਾਲ ਮੱਥਾ ਲਾਉਣ ਵਾਸਤੇ ਨਹੀਂ ਆਏ ਸੀ, ਅਸੀਂ ਸਿਰਫ ਆਪਣੇ ਹੱਕ ਮੰਗਣ ਵਾਸਤੇ ਇੱਥੇ ਆਏ ਹਾਂ। ਸਾਨੂੰ ਸਾਡੇ ਸਰਕਾਰ ਹੱਕ ਦੇਵੇ, ਕਿਸਾਨ ਆਪਣੇ ਖੇਤਾਂ ਵਿੱਚ ਖੁਸ਼ਹਾਲ ਰਹੇ, ਜਾ ਕੇ ਸਾਡੀਆਂ ਖੇਤਾਂ ਦੀ, ਸਾਨੂੰ ਜਿਹੜੇ ਸਾਡੇ ਖੇਤਾਂ ਵਿੱਚ ਜੋ ਅਸੀਂ ਫਸਲਾਂ ਬੀਜਦੇ ਹਾਂ, ਸਾਨੂੰ ਉਹਦੇ ਹੱਕ ਹੀ ਨਹੀਂ ਮਿਲ ਰਹੇ। ਹੁਣ ਤੁਸੀਂ ਦੇਖੋ ਗੜੇ ਮਾਰੀ ਹੋਈਏ, ਪਿਛਲੇ ਸਾਲਾਂ ਵੀ ਗੜੇ ਮਾਰੀ ਹੋਈ, ਹੁਣ ਅਖੀਰ ਫਿਰ ਹੋਈਆਂ, ਸਾਨੂੰ ਨਾ ਤਾਂ ਪੰਜਾਬ ਸਰਕਾਰ ਨੇ ਪਿਛਲੇ ਮੁਆਵਜ਼ੇ ਦਿੱਤੇ, ਨਾ ਹੀ ਸਾਨੂੰ ਹੁਣ ਮੁਆਵਜ਼ੇ ਮਿਲੇ। ਸਾਡੇ ਖੇਤਾਂ ਦੇ ਵਿੱਚ ਜਿਹੜੇ ਬਾਗ ਨੇ, ਸਾਡੇ ਕਿੰਨੂ ਦੇ ਬਾਗ, ਉਹ ਸਾਡੇ ਤਬਾਹ ਹੋ ਚੁੱਕੇ ਨੇ। ਖੇਤਾਂ ਦੇ ਵਿੱਚ ਸਾਡੇ ਜਿਹੜੇ ਕਿੰਨੂ ਦੇ ਬਾਗ ਨੇ, ਉਹ ਸੁੱਕ ਕੇ ਉਹ ਨਾਲੇ ਸੁੱਕ ਗਏ ਨੇ, ਪਰ ਸਰਕਾਰਾਂ ਨੇ ਬਿਲਕੁਲ ਵੀ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਅਸੀਂ ਸਰਕਾਰ ਕੋਲੋਂ ਸਿਰਫ ਇਹੀ ਮੰਗਦੇ ਹਾਂ ਵੀ ਸਾਡੇ ਕਿਸਾਨਾਂ ਨੂੰ ਸਾਡੀ ਫਸਲ ਦਾ ਪੂਰਾ ਰੇਟ ਮਿਲੇ, ਸਾਡੇ ਬੱਚਿਆਂ ਨੂੰ ਬਿਨ ਮਤਲਬ ਉਹਨਾਂ ਨੂੰ ਕਿਉਂ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ? ਸ਼ੁਭ ਕਰਨ ਦਾ ਕੀ ਦੋਸ਼ ਸੀ? ਉਹ ਥੋੜ੍ਹੀ ਜਿਹੀ ਜ਼ਮੀਨ ਦਾ ਮਾਲਕ ਸੀ, ਸਿਰਫ ਇੱਕ ਇਨਸਾਫ ਮੰਗਣ ਵਾਸਤੇ ਇੱਥੇ ਆਇਆ ਸੀ, ਅਤੇ ਹਰਿਆਣਾ ਸਰਕਾਰ ਨੇ ਉਹਨਾਂ ਦੇ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ। ਤੁਸੀਂ ਕਿਹਨੂੰ ਜ਼ਿੰਮੇਵਾਰ ਠਹਿਰਾਉਂਦੇ ਹੋ ਇਹਦਾ? ਇਹ ਸਰਕਾਰਾਂ ਨੂੰ ਰਲਾਉਂਦੇ ਹਾਂ ਅਸੀਂ, ਹਰਿਆਣਾ ਸਰਕਾਰ ਨੂੰ, ਸਾਡੀ ਸੈਂਟਰ ਸਰਕਾਰ ਨੂੰ। ਜੇ ਉਹਨਾਂ ਨੇ ਉਹਨਾਂ ਨੂੰ ਆਰਡਰ ਦਿੱਤੇ ਹੋਏ ਨੇ, ਸਾਨੂੰ ਅਗਾ ਕਿਉਂ ਨਹੀਂ ਲੰਘਣ ਦਿੱਤਾ ਜਾ ਰਿਹਾ? ਗੋਲੀ ਵੱਜੀ ਆ ਜੀ, ਉਹ ਤਾਂ ਪ੍ਰਾਈਵੇਟ ਗੋਲੀ ਸੀ। ਜੋ ਵੀ ਵੱਜੀ ਗੋਲੀ ਤਾਂ ਵੱਜੀ ਹੈ, ਗੋਲੀ ਤਾਂ ਗੋਲੀ ਹੈ ਨਾ। ਜਿਸ ਤਰ੍ਹਾਂ ਉਹ ਇਹਨਾਂ ਦੀ ਨਹੀਂ ਸੀ, ਫੋਰਸ ਦੀ ਨਹੀਂ ਸੀ, ਉਹ ਮਾਰੀ ਕਿਹਨੇ ਗੋਲੀ? ਜਿੰਨੇ ਵੀ ਮਾਰੀ ਹੈ, ਅਕਸਰ ਵੱਜੀ ਤਾਂ ਗੋਲੀ ਉਹਨੂੰ ਵੱਜੀ ਹੈ, ਬਿਨਾਂ ਗੋਲੀ ਤੋਂ ਨਹੀਂ ਮਰਿਆ। ਬਾਕੀ ਸਾਡੇ ਜਿਹੜੇ ਵੀਰ ਨੇ, ਸਾਡੇ ਬਜ਼ੁਰਗ ਨੇ, ਉਹ ਕੀ ਇੱਥੇ ਕੋਈ ਮੱਥਾ ਲਾਉਣ ਨਹੀਂ ਆਏ? ਜਿਸ ਤਰ੍ਹਾਂ ਮਾਤਾ, ਜਿਸ ਤਰ੍ਹਾਂ ਅਸਲਾ ਸਰਕਾਰੀ ਨਹੀਂ ਸੀ ਜਿਹੜਾ ਉਹਦੇ ਬੱਚੇ।
ਕੀ ਨਾਂ ਅੰਕਲ ਜੀ ਆਪਣਾ? ਕੇਵਲ ਸਿੰਘ। ਠੀਕ ਹੈ, ਕਿੱਥੋਂ ਆਏ ਹੋ ਜੀ ਤੁਸੀਂ? ਬਰੇ ਤੋਂ ਜੀ, ਬਰੇ ਤੋਂ। ਠੀਕ ਹੈ, ਤਾਂ ਤੁਸੀਂ ਅੱਜ ਇਹ ਕਹਿੰਦਾ ਗਰਮੀਆਂ ਦਾ ਏਸੀ ਦਾ ਪ੍ਰਬੰਧ ਵੀ ਕਰ ਲਿਆ, ਕੀ ਸੋਚ ਕੇ ਤੁਸੀਂ ਇਹ ਕੀਤਾ? ਵੀ ਇਹ ਸੋਚ ਕੇ ਤੁਰਿਆ ਵੀ ਆਪਾਂ ਹਲੜਾ ਦਾ ਹੀ ਨਹੀਂ। ਠੀਕ ਹੈ ਜੀ, ਠੀਕ ਹੈ ਵੀ ਆਪਣਾ ਮੋਰਚੇ ਤੁਸੀਂ ਫਤਿਹ ਕਰਕੇ ਜਾਣੇ ਹਨ, ਵੀ ਪੱਕਾ ਡਿਆ ਹੀ ਤੁਸੀਂ ਇੱਥੇ ਲਾ ਲਿਆ, ਵੀ ਆਪਣੇ ਮਕਾਨਾਂ ਦਾ ਵੀ ਤੁਸੀਂ ਪ੍ਰਬੰਧ ਕਰ ਲਿਆ, ਅੱਗੇ ਵੀਰਾਂ ਕਿਸਾਨ ਭਰਾਵਾਂ ਨੇ ਤੁਸੀਂ ਏਸੀ ਵਗੈਰਾ ਸਾਰਾ ਗਰਮੀਆਂ ਦਾ ਸਿਸਟਮ ਕਰ ਲਿਆ ਇੱਥੇ। ਠੀਕ ਹੈ, ਠੀਕ ਹੈ ਵੀ ਜਦ ਤੱਕ ਇਹ ਮੰਗਾਂ ਨਹੀਂ ਮੰਨ ਆਉਂਦੀ ਹੈਗੀ ਸਰਕਾਰ, ਤੁਸੀਂ ਉਦ ਤੱਕ ਨਹੀਂ ਜਾਣਾ। ਜਾਣਾ ਨਹੀਂ। ਠੀਕ ਹੈ, ਠੀਕ ਹੈ। ਕੀ ਨਾਂ ਅੰਕਲ ਜੀ ਆਪਣਾ? ਕੇਵਲ ਸਿੰਘ। ਠੀਕ ਹੈ, ਕਿੱਥੋਂ ਆਏ ਹੋ ਜੀ ਤੁਸੀਂ? ਬਰੇ ਤੋਂ ਜੀ, ਬਰੇ ਤੋਂ। ਠੀਕ ਹੈ, ਤਾਂ ਤੁਸੀਂ ਅੱਜ ਇਹ ਕਹਿੰਦਾ ਗਰਮੀਆਂ ਦਾ ਏਸੀ ਦਾ ਪ੍ਰਬੰਧ ਵੀ ਕਰ ਲਿਆ, ਕੀ ਸੋਚ ਕੇ ਤੁਸੀਂ ਇਹ ਕੀਤਾ? ਵੀ ਇਹ ਸੋਚ ਕੇ ਤੁਰਿਆ ਵੀ ਆਪਾਂ ਹਲੜਾ ਦਾ ਹੀ ਨਹੀਂ। ਠੀਕ ਹੈ ਜੀ, ਠੀਕ ਹੈ ਵੀ ਆਪਣਾ ਮੋਰਚੇ ਤੁਸੀਂ ਫਤਿਹ ਕਰਕੇ ਜਾਣੇ ਹਨ, ਵੀ ਪੱਕਾ ਡਿਆ ਹੀ ਤੁਸੀਂ ਇੱਥੇ ਲਾ ਲਿਆ, ਵੀ ਆਪਣੇ ਮਕਾਨਾਂ ਦਾ ਵੀ ਤੁਸੀਂ ਪ੍ਰਬੰਧ ਕਰ ਲਿਆ, ਅੱਗੇ ਵੀਰਾਂ ਕਿਸਾਨ ਭਰਾਵਾਂ ਨੇ ਤੁਸੀਂ ਏਸੀ ਵਗੈਰਾ ਸਾਰਾ ਗਰਮੀਆਂ ਦਾ ਸਿਸਟਮ ਕਰ ਲਿਆ ਇੱਥੇ। ਠੀਕ ਹੈ, ਠੀਕ ਹੈ ਵੀ ਜਦ ਤੱਕ ਇਹ ਮੰਗਾਂ ਨਹੀਂ ਮੰਨ ਆਉਂਦੀ ਹੈਗੀ ਸਰਕਾਰ, ਤੁਸੀਂ ਉਦ ਤੱਕ ਨਹੀਂ ਜਾਣਾ। ਜਾਣਾ ਨਹੀਂ। ਠੀਕ ਹੈ, ਠੀਕ। ਕੀ ਨਾਂ ਅੰਕਲ ਜੀ ਆਪਣਾ? ਕੇਵਲ ਸਿੰਘ। ਠੀਕ ਹੈ, ਕਿੱਥੋਂ ਆਏ ਹੋ ਜੀ ਤੁਸੀਂ? ਬਰੇ ਤੋਂ ਜੀ, ਬਰੇ ਤੋਂ। ਠੀਕ ਹੈ, ਤਾਂ ਤੁਸੀਂ ਅੱਜ ਇਹ ਕਹਿੰਦਾ ਗਰਮੀਆਂ ਦਾ ਏਸੀ ਦਾ ਪ੍ਰਬੰਧ ਵੀ ਕਰ ਲਿਆ, ਕੀ ਸੋਚ ਕੇ ਤੁਸੀਂ ਇਹ ਕੀਤਾ? ਵੀ ਇਹ ਸੋਚ ਕੇ ਤੁਰਿਆ ਵੀ ਆਪਾਂ ਹਲੜਾ ਦਾ ਹੀ ਨਹੀਂ। ਠੀਕ ਹੈ ਜੀ, ਠੀਕ ਹੈ ਵੀ ਆਪਣਾ ਮੋਰਚੇ ਤੁਸੀਂ ਫਤਿਹ ਕਰਕੇ ਜਾਣੇ ਹਨ, ਵੀ ਪੱਕਾ ਡਿਆ ਹੀ ਤੁਸੀਂ ਇੱਥੇ ਲਾ ਲਿਆ, ਵੀ ਆਪਣੇ ਮਕਾਨਾਂ ਦਾ ਵੀ ਤੁਸੀਂ ਪ੍ਰਬੰਧ ਕਰ ਲਿਆ, ਅੱਗੇ ਵੀਰਾਂ ਕਿਸਾਨ ਭਰਾਵਾਂ ਨੇ ਤੁਸੀਂ ਏਸੀ ਵਗੈਰਾ ਸਾਰਾ ਗਰਮੀਆਂ ਦਾ ਸਿਸਟਮ ਕਰ ਲਿਆ ਇੱਥੇ। ਠੀਕ ਹੈ, ਠੀਕ ਹੈ ਵੀ ਜਦ ਤੱਕ ਇਹ ਮੰਗਾਂ ਨਹੀਂ ਮੰਨ ਆਉਂਦੀ ਹੈਗੀ ਸਰਕਾਰ, ਤੁਸੀਂ ਉਦ ਤੱਕ ਨਹੀਂ ਜਾਣਾ। ਜਾਣਾ ਨਹੀਂ। ਠੀਕ ਹੈ, ਠੀਕ।